पूछ रहा एक मान यार तू पूछ यार। ओए पुत्र गल्ला क्यों कर दे तुझी पढ़ लो की गल्ला करी जाने तुसी ठंड दी गल्ला कर दे आई ठंड दी गल्ला ठंड दी ठंड तो हुन पै जानी है वो कहंदे ठंडा दी छुट्टियां कर अच्छा छुट्टियां दी गल्ला कर दे पढ़ लो थोड़ू पेपर तुहानू पता नहीं लगदा छुट्टियां तो हो जानियां ने कोई गल नहीं दिसंबर दे लास्ट हफ्ते तुहानू सारे नू पता ही आ हो जानियां ने ठीक है भाई चलो बैठो पुत्र बह के पढ़ो ठीक है जाना भी तुसी छुट्टियां दे विच फिर की करना ये दी नानके जाना नानके जाना आवे ही तू अभी घूमन जाना ही कित्थे घूमन जाना आवे तुसी कित्थे जाना वो सारे ने अईदे शिमला जाना ही शिमला जाना हां जी ओहो पीटी साहब ओ बच्चे ना छुट्टियां दी गल्लां करदे आ फिर आपा माड़ा जा उहनां नूं समझा के आउणा आओ चलिए चमकौर साहब जाना हो अच्छा अच्छा तुहानू पता भी फतेहगढ़ साहब की होया चमकौर साहब की होया देखो हुण मेरी गल ध्यान नाल सुनियो ਜਿਹੜੀਆਂ ਤੁਹਾਨੂੰ ਛੁੱਟੀਆਂ ਹੋਣੀਆਂ ਨੇ ਨਾ ਦਸੰਬਰ ਦੀਆਂ ਕਿੰਨੀ ਠੰਡ ਪੈਂਦੀ ਆ ਹਨਾ ਇਹ ਠੰਡ ਦੇ ਵਿੱਚ ਚਮਕੌਰ ਸਾਹਿਬ ਬਹੁਤ ਸਾਲ ਪਹਿਲਾਂ ਬਹੁਤ ਤਕੜੀ ਲੜਾਈ ਹੋਈ ਸੀਗੀ ਹਾਂ ਫਤਿਹਗੜ੍ਹ ਸਾਹਿਬ ਇੰਨੀ ਠੰਡ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ ਤੁਸੀਂ ਬਾਬਾ ਜੀ ਨੂੰ ਜਾਣਦੇ ਹੋ ਨਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦੇ ਆਹ ਤੁਹਾਡੀਆਂ ਛੁੱਟੀਆਂ ਜਦੋਂ ਹੁੰਦੀਆਂ ਨੇ ਉਹ ਦਿਨਾਂ ਵਿੱਚ ਸ਼ਹੀਦ ਹੋਏ ਸੀਗੇ ਠੀਕ ਆ ਹਾਂ ਚਮਕੌਰ ਸਾਹਿਬ ਬਾਬਾ ਅਜੀਤ ਸਿੰਘ ਜੀ ਉਹ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਫਤਿਹਗੜ੍ਹ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਦੇਖ ਲਓ ਉਹ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਉਮਰ ਪਤਾ ਕਿੰਨੀ ਸੀ 5 ਸਾਲ ਅਤੇ 7 ਸਾਲ ਉਹ ਤਾਂ ਵੀ ਨਹੀਂ ਉਹਨਾਂ ਨੇ ਸਿੱਖੀ ਛੱਡੀ ਹੁਣ ਦੇਖੋ ਤੁਸੀਂ ਤਾਂ ਨਾਈ ਦੀ ਦੁਕਾਨ 'ਤੇ ਜਾਂਦੇ ਹੋ ਆਪ ਪੈਸੇ ਦੇ ਕੇ ਵਾਲ ਕਟਾਉਂਦੇ ਹੋ ਨਾ ਛੋਟੇ ਸਾਹਿਬਜ਼ਾਦਿਆਂ ਨੂੰ ਮੁਸਲਮਾਨ ਕਹਿੰਦੇ ਵੀ ਤੁਸੀਂ ਆਪਣੇ ਕੇਸ ਕਟਾ ਲਓ ਸਿੱਖੀ ਛੱਡ ਦਿਓ ਤੁਹਾਨੂੰ ਅਸੀਂ ਪੈਸੇ ਦਿੰਦੇ ਹਾਂ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਦਿੰਦੇ ਹਾਂ ਮਹਿਲ ਤੁਹਾਨੂੰ ਅਸੀਂ ਬਹੁਤ ਕੁਛ ਉਹ ਕਹਿੰਦੇ ਨਾ ਕਹਿੰਦੇ ਅਸੀਂ ਵਾਲ ਨਹੀਂ ਕਟਾਉਣੇ ਹੈਗੇ ਚਾਹੇ ਸਾਨੂੰ ਮਾਰ ਦਿਓ ਦੇਖੋ ਸਰਹੰਦ ਉੱਥੇ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਉਹ ਉਹਨਾਂ ਨੇ ਇੱਕ ਦਰਵਾਜ਼ਾ ਛੋਟਾ ਜਿਹਾ ਬੰਦ ਕਰਤਾ ਸੀਗਾ ਵੀ ਛੋਟੇ ਜਿਹੇ ਦਰਵਾਜ਼ੇ 'ਚੋਂ ਬਾਬਾ ਜੀ ਅੰਦਰ ਆਉਣਗੇ ਉਹ ਸਿਰ ਝੁਕਾ ਕੇ ਆਉਣਗੇ ਫਿਰ ਵੀ ਛੋਟੇ ਸਾਹਿਬਜ਼ਾਦੇ ਨੇ ਪਹਿਲਾਂ ਜੁੱਤੀ ਕੀਤੀ ਆ ਅੰਦਰ ਫਿਰ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਫਤਿਹ ਬੁਲਾਈ ਆ ਸਾਰਿਆਂ ਦੇ ਮੂਹਰੇ ਦੇਖੋ ਇੰਨੇ ਰਾਜੇ ਬੈਠੇ ਸੀਗੇ ਉੱਥੇ ਵੱਡੇ ਵੱਡੇ ਤੁਸੀਂ ਛੋਟੇ ਤੁਸੀਂ ਹੁਣ ਨਹੀਂ ਫਤਿਹ ਬੁਲਾਉਂਦੇ ਤੁਹਾਨੂੰ ਕਿਹੜਾ ਕੋਈ ਮਾਰਨ ਲੱਗਿਆ ਇੱਥੇ ਹੈ ਉਹ ਛੋਟੇ ਸਾਹਿਬਜ਼ਾਦੇ ਦੇਖੋ ਅੰਦਰ ਜਾ ਕੇ ਉਹਨਾਂ ਨੇ ਗੱਜ ਕੇ ਫਤਿਹ ਬੁਲਾਈ ਤੁਸੀਂ ਦੇਖੀਏ ਨਾ ਫਿਲਮ 4 ਸਾਹਿਬਜ਼ਾਦੇ ਹਾਂ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦੇ ਉਹਨਾਂ ਨੇ 10 ਲੱਖ ਦੀ ਫੌਜ ਨਾਲ ਜੰਗ ਕੀਤੀ ਆ 10 ਲੱਖ ਦੇਖ ਲਓ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਇਹ ਸਾਰੇ ਪਹਿਲਾਂ 8 ਮਹੀਨੇ ਦਾ ਘੇਰਾ ਪਿਆ ਸੀ ਇਹਨਾਂ ਨੂੰ ਅਨੰਦਪੁਰ ਸਾਹਿਬ ਦੇਖ ਲਓ ਕਿੰਨੇ ਟਾਈਮ ਦੇ ਭੁੱਖੇ ਵੀ ਸੀਗੇ ਹੈਂ ਭੁੱਖੇ ਹੋਣ ਤੋਂ ਬਾਅਦ ਫਿਰ ਵੀ ਇਹਨਾਂ ਨੇ ਸਰਸਾ ਨਦੀ ਦੇ ਕੰਢੇ ਪਾਠ ਕੀਤਾ ਸਵੇਰੇ ਅੰਮ੍ਰਿਤ ਵੇਲੇ ਫਿਰ ਵੀ ਜੰਗ ਦੇ ਮੈਦਾਨ 'ਚ ਲੜੇ ਨੇ ਹੁਣ ਹਨਾ ਹੁਣ ਆਪਾਂ ਨੂੰ ਘਰੇ ਕਿੰਨਾ ਕੁਛ ਆਪਾਂ ਨੂੰ ਰਜਾਈਆਂ ਵੀ ਮਿਲਦੀਆਂ ਨੇ ਠੰਡ ਦੇ ਵਿੱਚ ਆਪਾਂ ਕਿੰਨਾ ਕੁਛ ਖਾਂਦੇ ਪੀਂਦੇ ਹਾਂ ਆਪਾਂ ਤਾਂ ਵੀ ਨਹੀਂ ਪਾਠ ਕਰਦੇ ਹੈ ਤਾਂ ਵੀ ਆਪਾਂ ਵਾਲ ਕਟਾਉਂਦੇ ਹਾਂ ਗਲਤ ਗੱਲ ਆ ਨਾ ਹੈ ਨਾ ਇਸ ਕਰਕੇ ਤੁਸੀਂ ਇੱਕ ਤਾਂ ਛੁੱਟੀਆਂ ਵਿੱਚ ਫਤਿਹਗੜ੍ਹ ਸਾਹਿਬ ਜ਼ਰੂਰ ਜਾ ਕੇ ਆਉਣਾ ਆ ਛੁੱਟੀਆਂ ਵਿੱਚ ਚਮਕੌਰ ਸਾਹਿਬ ਜ਼ਰੂਰ ਜਾ ਕੇ ਆਉਣਾ ਆ ਠੀਕ ਆ ਹੁਣ ਇੱਕ ਗੱਲ ਹੋਰ ਆ ਦੇਖੋ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਕਿੰਨੇ ਪੈਸੇ ਮਿਲਦੇ ਸੀਗੇ ਉਹਨਾਂ ਨੇ ਤਾਂ ਵੀ ਸਿੱਖੀ ਨਹੀਂ ਛੱਡੀ ਹੈਗੀ ਠੀਕ ਆ ਤੁਸੀਂ ਆਪ ਪੈਸੇ ਦੇ ਕੇ ਵਾਲ ਕਟਾ ਕੇ ਆਉਂਦੇ ਹੋ ਇਹ ਗਲਤ ਗੱਲ ਆ ਹੈ ਹੁਣ ਅੱਜ ਤੋਂ ਬਾਅਦ ਕਟਾਉਂਗੇ ਵਾਲ ਪੱਕੀ ਗੱਲ ਆ ਹੈ ਇਸ ਕਰਕੇ ਦੇਖੋ ਵੀ ਸਿਰ ਢੱਕ ਕੇ ਰੱਖਿਆ ਕਰੋ ਹਮੇਸ਼ਾ ਤੇ ਵਾਲ ਨਹੀਂ ਕਟਾਉਣੇ ਹੈਗੇ ਤੇ ਫਤਿਹ ਹਮੇਸ਼ਾ ਬੁਲਾਉਣੀ ਆ ਤੇ ਹੁਣ ਦੱਸੋ ਵੀ ਪ੍ਰੋਮਿਸ ਕਰੋ ਵੀ ਜਾਓਗੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਹਾਂਜੀ ਠੀਕ ਆ ਹੁਣ ਜਕਾਰਾ ਲਾ ਦਿਓ ਫਿਰ ਬਸ